ਧੰਨ ਧੰਨ ਸਤਿਗੁਰ ਬ੍ਰਹਮ ਸਾਗਰ ਭੂਰੇ ਵਾਲੇ ਮਹਾਰਾਜ ਜੀਓ, ਧੰਨ ਧੰਨ ਸਤਿਗੁਰ ਲਾਲਦਾਸ ਮਹਾਰਾਜ ਜੀਓ, ਧੰਨ ਧੰਨ ਸਤਿਗੁਰ ਗੰਗਾਨੰਦ ਮਹਾਰਾਜ ਜੀਓ, ਸੰਤ ਮੰਡਲ, ਸਤਿਗੁਰਾਂ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਰੂਪ ਸਤਸੰਗਤ ਜੀਓ, ਉੱਤਮ ਭਾਗਾਂ ਵਾਲੇ ਹੋ। ਅੱਜ ਆਪ ਸਤਿਗੁਰਾਂ ਦੇ ਪਰਮ ਪਵਿੱਤਰ ਦਰਬਾਰ ਅੰਦਰ ਹਾਜ਼ਰੀਆਂ ਭਰ ਰਹੇ ਹੋ। ਧੰਨ ਧੰਨ ਜਗਤ ਗੁਰੂ ਬਾਬਾ ਗਰੀਬ ਦਾਸ ਮਹਾਰਾਜ ਜੀ ਦੀ ਗੁਰਬਾਣੀ ਦੀ ਅਖੰਡ ਜਾਪ ਪ੍ਰਾਰੰਭ ਹੋਣ ਲੱਗੇ ਹਨ। ਸਭ ਤੋਂ ਪਹਿਲਾਂ ਮੰਗਲਾਚਰਨ, ਉਪਰੰਤ ਮੰਤਰ ਅਤੇ ਗੁਰਦੇਵ ਦਾ ਅੰਗ ਪੜ੍ਹਿਆ ਜਾਵੇਗਾ। ਸਾਰਿਆਂ ਨੇ ਸ਼ਰਧਾ ਅਤੇ ਪ੍ਰੇਮ ਦੇ ਨਾਲ ਪਾਈ ਗੁਰਬਾਣੀ ਪੜ੍ਹਨੀ ਹੈ। ਆਪਣੇ ਆਪਣੇ ਗੁਰੂ ਮਹਾਰਾਜ ਜੀ ਦਾ ਪਾਈ ਧਿਆਨ ਧਰੋ। ਗੁਰਬਾਣੀ ਅਰਥਾਤ ਅਖੰਡ ਪਾਠ ਪ੍ਰਾਰੰਭ ਹੋਣ ਲੱਗਿਆ। ਹਰਿਓਂ ਸਤ ਸਾਹਿਬ ਅਵਗਤ ਕਬੀਰ, ਸਤ ਸੁਕਿਰਤ ਨਾਮ ਕਬੀਰ, ਅੱਥ ਗੁਸਾਈ ਗਰੀਬ ਦਾਸ ਸਾਹਿਬ ਕੀ ਅੰਮ੍ਰਿਤਮਈ ਗੁਰਬਾਣੀ, ਅਤ ਮੰਗਲਾਚਰਨ ਗਰੀਬ ਨਮੋ ਨਮੋ ਸਤਪੁਰਸ਼ ਕੋ ਨਮਸਕਾਰ ਗੁਰ ਕੀਨੀ, ਸੁਰ ਨਰ ਮੁਨਜਨ ਸਾਧਵਾ ਸੰਤੋ ਸਰਬਸ ਦੀਨੀ, ਸਤਿਗੁਰ ਸਾਹਿਬ ਸੰਤ ਸਭ ਡੰਡੋ ਤੋਂ ਪ੍ਰਣਾਮ, ਆਗੇ ਪਿੱਛੇ ਮਧ ਹੋਏ ਤਿਨਕੂੰ ਜਾਂ ਕੁਰਬਾਨ, ਨਿਰਾਕਾਰ ਨਿਰਵਿਸ਼ਮ ਕਾਲ ਜਾਲ ਪੈ ਭੰਜਨਮ, ਨਿਰਲੇਪਮ ਨਿਜ ਨਿਰਗਨਮ ਅਕਲ ਅਨੂਬੇ ਸੁੰਦਨ, ਸੋਹਮ ਸੁਰਤ ਸਮਾਵਤਮ ਸਕਲ ਸਮਾਨਾ ਨਿਰਤਲੈ, ਉਜਲ ਹਿਰੰਬਰ ਹਰਦਮਮ ਬੇਪਰਵਾ ਥਾਏ, ਬਾਰ ਪਾਰ ਨਹੀਂ ਮਦਤਮ ਅਨਾਦ ਮੰਤਰ, ਸੁਖ ਸਲਾਦ ਮੰਤਰ, ਅਜੋਖ ਮੰਤਰ, ਬੇਸ਼ੁਨ ਮੰਤਰ, ਨਿਰਵਾਨ ਮੰਤਰ, ਤੀਰ ਹੈ ਆਦ ਮੰਤਰ, ਜੁਗਾਦ ਮੰਤਰ, ਅਚਲ ਭੰਗੀ ਮੰਤਰ, ਸਦਾ ਸਤਸੰਗੀ ਮੰਤਰ, ਲਿਓ ਲੀਨ ਮੰਤਰ, ਗਹਿਰ ਗੰਭੀਰ ਹੈ ਸੋਹਮ ਸੁਹਾਨ ਮੰਤਰ, ਅਗਮ ਅਨੁਰਾਗ ਮੰਤਰ, ਨਿਰਭੈ ਢੋਲ ਮੰਤਰ, ਨਿਰਗੁਣ ਨਿਰਬੰਧ ਮੰਤਰ, ਨਿਚਲ ਮੰਤਰ, ਨੇਕ ਹੈ ਗੈਬੀ ਗੁਲਜ਼ਾਰ ਮੰਤਰ, ਨਿਰਭੈ ਨਿਰਧਾਰ ਮੰਤਰ, ਸੁਮਿਰਤ ਸੁਕਿਰਤ ਮੰਤਰ, ਅਗਮੀ ਅਵੰਚ ਮੰਤਰ, ਅਦਲ ਮੰਤਰ, ਲੇਕ ਹੈ ਫਜਲੁਮ ਪਰਾਕ ਮੰਤਰ, ਬਿਨ ਰਸਨਾ ਗੁਣ ਲਾਭ ਮੰਤਰ, ਚਲਮਲ ਜੋਰ ਮੰਤਰ, ਸਰਵੰਗ ਭਰਪੂਰ ਮੰਤਰ, ਸਹਿਲਾਨ ਮੰਤਰ, ਸਾਰ ਹੈ ਅਰੰਕਾਰ ਗਰਕ ਮੰਤਰ, ਤੇਜ ਪੁੰਜ ਭਰਕ ਮੰਤਰ, ਅਦਲੀ ਅਵੰਧ ਮੰਤਰ, ਅਜਪਨ ਸੰਦ ਮੰਤਰ, ਅਵਗਤ ਨਾਦ ਮੰਤਰ, ਦਿਲ ਮਹਿੰਦੀਦਾਰ ਹੈ ਬਾਣੀ ਬੇਨੋਦ ਮੰਤਰ, ਆਨੰਦ ਅਸੋਦ ਮੰਤਰ, ਖੁਰਸੀ ਕਰਾਰ ਮੰਤਰ, ਅਨਪੈ ਉਚਾਰ ਮੰਤਰ, ਉਜਲ ਮੰਤਰ, ਲੇਕ ਹੈ ਸਾਹਿਬ ਸਤਰਾਮ ਮੰਤਰ, ਸਾਈਂ ਨੇਕਾਮ ਮੰਤਰ, ਪਾਰਕ ਪ੍ਰਕਾਸ਼ ਮੰਤਰ, ਹਿਰੰਬਰ ਹੁਲਾਸ ਮੰਤਰ, ਮੌਲੇ ਮਲਾਰ ਮੰਤਰ, ਪਲਕ ਵਿੱਚ ਖਲਕ ਹੈ।